Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਸੁਣੋ ਸੁਣੋ ਸੁਣੋ, ਅੱਜ ਦੀ ਖਬਰ ਸੁਣ ਕੇ ਨਾ ਤੁਸੀਂ ਦੋਵੇਂ ਹੈਰਾਨ ਹੋ ਜਾਓਗੀਆਂ ਤੇ ਹਰ ਵਾਰ ਨਾ ਮਿੰਟੀ ਦੇ ਘਰ ਖਬਰ ਸੁਣਨ ਆਉਂਗੀਆਂ ਕਿ ਮਿੰਟੀ ਅੱਜ ਤੇਰੀ ਆਹ ਫੋਟੋ ਆਈ ਸੀ, ਮਿੰਟੀ ਅੱਜ ਤੇਰੀ ਉਹ ਫੋਟੋ ਆਈ ਸੀ। ਸੱਚੀ ਹੱਕ ਨਾ ਕਹੋਗੀਆਂ ਕਿ ਮਿੰਟੀ ਤੁਹਾਡੀ ਫਰੈਂਡ ਹੈ। ਅੱਛਾ, ਇਹੋ ਜਿਹੇ ਕਿਹੋ ਜਿਹੇ ਚਰਚੇ ਛਪ ਗਏ ਤੇਰੇ ਅਖਬਾਰਾਂ ਵਿੱਚ। ਓ ਮਾਈ ਰੱਬਾ, ਖਬਰ ਸੁਣ ਕੇ ਨਾ ਤੁਹਾਡੀ ਦੋਵਾਂ ਦੀ ਅੱਖਾਂ ਖੁੱਲ੍ਹੀਆਂ ਦੀ ਖੁੱਲ੍ਹੀਆਂ ਰਹਿ ਜਾਣਗੀਆਂ। ਜੀਡੀ ਤੇ ਸਿਰੇ ਦੇ ਵਿਆਹ ਦੇ ਚਰਚੇ ਹੋ ਰਹੇ ਨੇ, ਸੋਸ਼ਲ ਮੀਡੀਆ, ਇੰਟਰਨੈਟ, ਹਰ ਕਿਤੇ ਨਾ ਬਸ ਉਹਨਾਂ ਦੇ ਵਿਆਹ ਦੇ ਚਰਚੇ ਨੇ। ਸੱਚੀ ਗਵਾਂਢ 10 ਪਿੰਡਾਂ ਦੇ ਵਿਆਹਾਂ 'ਚ ਹੋਏ ਨਾ, ਇੱਕ ਪਿੰਡ ਨੂੰ ਦੂਜੇ ਪਿੰਡ ਦੇ ਵਿਆਹ ਦੀ ਖਬਰ ਨਹੀਂ ਹੋਣੀ, ਜਿੰਨੀ ਖਬਰ ਸਿਰੇ ਤੇ ਜਿਹੜੀ ਦੇ ਵਿਆਹ ਦੀ ਹੈ। ਓ ਮਾਈ ਰੱਬਾ, ਫਿਰ ਤਾਂ ਮਿੰਟੀ ਤੇਰੀ ਵੀ ਫੋਟੋ ਆਈ ਹੋਣੀ ਹੈ ਅਖਬਾਰ 'ਚ। ਮੇਰੀ ਵੀ ਦਾ ਕੀ ਮਤਲਬ ਹੈ ਮਿੰਟੀ, ਗਿਲ ਨਾ ਮੈਂ ਯਾਰ, ਦੁਲਹਨ ਦੀ ਭੈਣ ਆ ਔਰ ਮੇਰੀ ਨਾ ਪੂਰੀ ਫੋਟੋ ਆਈ ਹੋਏਗੀ। ਉਹ ਸੀਰਤ ਦਾ ਵਿਆਹ ਸੀ ਤਾਂ ਮੈਂ ਉਹਨੂੰ ਆਪਣੇ ਤੋਂ ਸੋਹਣਾ ਸੱਜਣ ਦਿੱਤਾ। ਇਹ ਤਾਂ ਤੁਹਾਨੂੰ ਲੱਗਦਾ ਕਿ ਮਿੰਟੀ ਕਦੀ ਇੱਦਾਂ ਜਾਊਗੀ ਬਿਨਾਂ ਸੱਜੇ? ਚਲੋ ਛੱਡੋ, ਤੁਸੀਂ ਨਾ ਹੁਣ ਫੋਟੋ ਵੇਖੋ। ਓ ਮੇਰਾ ਬਾਪ ਆ ਗਿਆ, ਲੈਟ ਆਓ ਆਓ। ਸੋਰੀ ਮਿੰਟੀ, ਇਸ ਫੋਟੋ ਨੂੰ ਵੇਖ ਕੇ ਤਾਂ ਏਦਾਂ ਲੱਗਦਾ ਜਿਵੇਂ ਤੈਨੂੰ ਫੋਟੋਗ੍ਰਾਫਰ ਨੇ ਫੋਟੋ ਵਿੱਚੋਂ ਬਾਹਰ ਜਾਣ ਲਈ ਬੋਲ ਦਿੱਤਾ ਹੋਵੇ। ਯਾਰ ਇਹੋ ਜਿਹੀ ਫੋਟੋ 10 ਕੀ 50 ਪਿੰਡਾਂ 'ਚ ਕਿਸੇ ਦੀ ਨਹੀਂ ਆਈ ਹੋਣੀ ਹੈ। ਪਰ ਇੱਕ ਗੱਲ ਹੈ, ਲੱਗ ਬਹੁਤ ਸੋਹਣੀ ਰਹੀ ਸੀ, ਮੇਰਾ ਮਤਲਬ ਸੀਰਤ। ਮੇਰੇ ਘਰ ਆ ਕੇ ਮੇਰੀ ਬੇਇੱਜ਼ਤੀ ਕਰਦੀਆਂ ਹੋ? ਮੇਰੇ ਤੇ ਹੀ ਹੱਸਦੀਆਂ ਹੋ? ਇੱਕ ਕੰਮ ਕਰੋ, ਨਿਕਲ ਜਾਓ ਮੇਰੇ ਘਰੋਂ। ਆਪ ਹੀ ਸੱਦਾ ਦੇ ਕੇ ਹੁਣ ਆਪ ਹੀ ਸਾਨੂੰ ਘਰੋਂ ਕੱਢ ਰਹੀ ਹੈ, ਇਹਦੇ ਵਿੱਚ ਸਾਡੀ ਬੇਇੱਜ਼ਤੀ ਨਹੀਂ ਆਪਣੀ ਵੀ ਉਨੀ ਬੇਇੱਜ਼ਤੀ ਕਰਵਾ ਰਹੀ ਹੈ ਤੂੰ। ਸਾਡੇ ਤੇ ਕਿਉਂ ਗੁੱਸਾ ਕਰ ਰਹੀ ਹੈ? ਅਸੀਂ ਤੁਹਾਡੇ ਨਾਲ ਫੋਟੋ ਕੱਟੀ ਹੈ ਤੁਹਾਡੀ। ਤੁਹਾਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਿ ਰਹੀ ਹਾਂ? ਨਿਕਲ ਜਾਓ ਮੇਰੇ ਘਰੇ, ਖੋਰੇ ਪਤਾ ਨਹੀਂ ਕਿੱਧਰੋਂ ਕਿੱਧਰੋਂ ਆ ਜਾਂਦੀਆਂ ਨੇ। ਮੇਰੀ ਤਾਂ ਅੱਧੀ ਫੋਟੋ ਆਈ ਹੈ, ਪਰ ਜੇ ਮੈਂ ਤੁਹਾਡੀ ਗੱਲ ਕਰਾਂ ਨਾ, ਤੁਹਾਡੀ 10 ਪੁਸਤਾਂ ਦੀ ਵੀ ਨਾ ਸਿਰ ਪੈਰ ਨਾ ਵੀ ਨਿਊਜ਼ 'ਚ। ਖੋਰੇ ਪਤਾ ਨਹੀਂ ਕਿੱਧਰੋਂ ਆ ਜਾਂਦੀਆਂ ਨੇ ਮੂੰਹ ਚੱਕ ਕੇ, ਔਰ ਨਿਕਲੋ ਉਧਰੋਂ, ਨਿਕਲੋ ਮੇਰੇ ਘਰੋਂ। ਅੱਜ ਤੋਂ ਬਾਅਦ ਇਸ ਮਿੰਟੀ 'ਤੇ ਮੈਂ ਮੂੰਹ ਨਹੀਂ ਲੱਗਣਾ ਕਦੀ ਵੀ। ਸੀਰਤ ਸੀਰਤ ਸੀਰਤ, ਹਰ ਕੋਈ ਸੀਰਤ ਦੇ ਨਾਂ ਦਾ ਰੌਲਾ ਪਾਉਂਦਾ, ਜਿਹਨੂੰ ਵੇਖੋ ਬਸ ਸੀਰਤ ਨੂੰ ਹੀ ਯਾਦ ਕਰਦਾ ਰਹਿੰਦਾ। ਸੀਰਤ ਨਾ ਹੋਊਗੀ ਮਹਾਰਾਣੀ ਹੋਊਗੀ। ਮੈਨੂੰ ਤਾਂ ਕੋਈ ਯਾਦ ਹੀ ਨਹੀਂ ਕਰਦਾ, ਨਾ ਉਹ ਮੇਰੇ ਜਿੰਨੀ ਸ਼ਾਤਿਰ ਹੈ ਤੇ ਨਾ ਉਹਦਾ ਮੇਰਾ ਜਿੰਨਾ ਦਿਮਾਗ ਹੈ। ਤੇ ਮੈਨੂੰ ਯਾਦ ਕਿਉਂ ਨਹੀਂ ਕਰਦੇ ਲੋਕੀ? ਮੈਨੂੰ ਪਿਆਰ ਕਿਉਂ ਨਹੀਂ ਕਰਦੇ? ਮੈਂ ਤਾਂ ਸ਼ੁਰੂ ਤੋਂ ਹੀ ਅਮੀਰ ਬਣਨਾ ਚਾਹੁੰਦੀ ਸੀ, ਮੇਰਾ ਤਾਂ ਬਸ ਆਹੀ ਸੁਪਨਾ ਸੀ। ਪਤਾ ਨਹੀਂ ਸਾਰੀ ਚੀਜ਼ਾਂ ਪੁੱਠੀਆਂ ਕਿਉਂ ਹੋ ਰਹੀਆਂ ਮੇਰੇ ਨਾਲ, ਕੁਝ ਸਮਝ ਨਹੀਂ ਆ ਰਿਹਾ। ਆਂਟੀ ਆ ਕਿੱਦਾਂ ਬੈਠੀ ਆ ਤੂੰ? ਬੋਲਦੀ ਕਿਉਂ ਨਹੀਂ? ਦਿਮਾਗ ਖਰਾਬ ਹੋ ਗਿਆ ਤੇਰਾ? ਸ਼ੁਕਰ ਹੈ ਜੀ, ਤੁਸੀਂ ਨਾ ਚੁੱਪ ਕੇ ਦੇਖ ਕੇ ਜਾਓ ਬਸ ਵੀਰੇ ਦਾ ਹੁੰਦਾ। ਹਾਂ ਖਰੋਟ, ਕਿਤੇ ਕੰਟਰੈਕਟ ਮੈਰਿਜ ਬਾਰੇ ਕੁਝ ਨਾ ਬੋਲ ਦੇ, ਆ ਸਮਝ ਕੇ ਕਿ ਕੁੰਡ 'ਚ ਮੈਂ ਆ। ਸਾਡੀ ਗੱਲ ਹੋਈ ਸੀ ਨਾ ਵਿਆਹ ਤੋਂ ਪਹਿਲਾਂ, ਗੱਲਾਂ ਮੰਨੀਆਂ ਸੀ ਆਪਾਂ, ਤੇ ਹੁਣ ਕੁੰਡ ਕਰਕੇ ਕਿਉਂ ਬੈਠੀ? ਬੋਲਦੀ ਕਿਉਂ ਨਹੀਂ? ਹੋਈ ਸੀ ਨਾ ਸਾਡੀ ਗੱਲ, ਆਪਾਂ ਕੰਟਰੈਕਟ। ਓਏ ਹੋਏ, ਇੰਜ ਭੋਲੀ ਤੇ ਸਿਧਰੀ ਬਣੀ ਫਿਰਦੀ ਹੈ ਸਾਰਿਆਂ ਦੇ ਸਾਹਮਣੇ, ਪਰ ਬੀਜੀ ਨੇ ਜਿੰਨੇ ਵੀ ਗਹਿਣੇ ਜਿੰਨੇ ਵੀ ਕੱਪੜੇ ਦਿੱਤੇ ਸੀ ਸਾਰੇ ਖਾਊਗੀ, ਬੁੱਕਲ 'ਚ ਲੁਕੋ ਕੇ ਰੱਖੂਗੀ। ਇਹ ਨਹੀਂ ਕਿ ਸੱਸ ਨੂੰ ਦੇ ਦੇ ਆ ਕੇ, ਘਰ 'ਚ ਪੈਰ ਰੱਖਦੇ ਇੰਜ ਕੰਮ ਤੇ ਲੱਗ ਗਈ ਹੈ ਸ਼ਾਤਿਰ ਵਿਚਾਰੀ।
ਮੈਨੂੰ ਤਾਂ ਹੁਣ ਤੋਂ ਹੀ ਇਹਦੇ ਲੱਛਣ ਠੀਕ ਨਹੀਂ ਲੱਗਦੇ ਪਏ। ਨਾ ਇਹਨੂੰ ਜਿਮੀ ਦੀ ਪਰਵਾਹ ਤੇ ਨਾ ਹੀ ਜਿਮੀ ਦੀ ਇਮੇਜ ਦੀ। ਬਸ ਵਨ ਸਵੰਨੇ ਕੱਪੜੇ ਦੇ ਦਿਓ ਇਹਨੂੰ ਤੇ ਗਹਿਣੇ, ਗਹਿਣਿਆਂ ਤੇ ਤਾਂ ਪੂਰੀ ਨਜ਼ਰ ਆ ਇਹਦੀ। ਇੰਨੇ ਸਾਲ ਲਾ ਕੇ ਮੈਂ ਆਪਣਾ ਹੱਥ ਬਿਠਾਇਆ ਇਸ ਘਰ 'ਚ ਤੇ ਇਹਨੂੰ ਵੇਖੋ ਜ਼ਰਾ, ਆ ਗਈ ਮਹਾਰਾਣੀ ਮੇਰੇ ਕਿੱਤੇ ਕਿਰਾਏ ਤੇ ਪਾਣੀ ਫੇਰਨ ਨੂੰ। ਮੇਰੇ ਹੁੰਦਿਆਂ ਢਿੱਲੋ ਪਰਿਵਾਰ ਤੇ ਕੋਈ ਰਾਜ ਨਹੀਂ ਕਰ ਸਕਦਾ। ਸ਼ੰਨੋ ਨਾਮ ਹੈ ਮੇਰਾ ਵੀ। ਭਰਜਾਈ ਜੀ, ਤੁਹਾਨੂੰ ਕਿਹਾ ਵੀ ਸੀ ਨਾ ਕਿ ਤੁਸੀਂ ਨਾ ਬੋਲੋ, ਸਾਰਾ ਮਜ਼ਾ ਕਿਰਕਿਰਾ ਕਰਤਾ ਤੁਸੀਂ। ਮਾਮੀ ਤੁਸੀਂ? ਹਾਂ ਬੱਚੂ, ਵਿਆਹ ਤੋਂ ਪਹਿਲਾਂ ਕਿਹੜੀਆਂ ਗੱਲਾਂ ਕੀਤੀਆਂ ਨੇ, ਜਰਾ ਸਾਨੂੰ ਵੀ ਤਾਂ ਦੱਸ। ਮਾਮੀ ਨਹੀਂ, ਉਹ ਮੇਰਾ ਮਤਲਬ ਸੀ। ਸੋ ਮੁਲਤਾਨੀ ਮਿੱਟੀ ਦੀ। ਅੱਛਾ ਬੱਚੂ, ਬੜਾ ਸ਼ਰਾਰਤੀ ਹੋ ਗਿਆ, ਵਿਆਹ ਤੋਂ ਪਹਿਲਾਂ ਸਾਰੀਆਂ ਗੱਲਾਂ ਕਰ ਲਈਆਂ ਹੈ। ਦੱਸ ਤਾਂ ਸਹੀ ਕਿਹੋ ਜਿਹੀਆਂ ਗੱਲਾਂ ਜਿਹੜੀ ਸਿਰਫ ਸੁਆਗਰਾ ਤੇ ਕੁੰਡ ਵੀ ਨਹੀਂ ਚੱਕ ਸਕਦੀ। ਹਾਂ ਬਹੁਤ ਹੋ ਗਈ ਮਸਤੀ, ਹੁਣ ਇਹਨਾਂ ਦੋਨਾਂ ਨੂੰ ਛੱਡ ਦਿੰਦੇ ਆ ਇਕੱਲੇ, ਚੱਲੇ ਚਲੋ। ਐਵੇਂ ਕਿਵੇਂ ਮਾਮੀ ਜੀ, ਨਿੱਕੀ ਤਾਂ ਨੇਕ ਲੈ ਕੇ ਜਾਊਗੀ। ਚਲੋ ਵੀਰੇ, ਹੁਣ ਮੇਰਾ ਨੇਕ ਕੱਢੋ। ਕੀ ਯਾਰ, ਕੱਲ ਥੋੜੇ ਲੈ ਲਈ, ਹੁਣ ਜਾ। ਐਵੇਂ ਕਿਵੇਂ ਕੱਲ ਨੂੰ ਲੈ ਲਈ, ਮੈਂ ਨੇਕ ਲੈ ਕੇ ਜਾਊਂਗੀ। ਆਏ ਹਾਏ ਵੀਰੇ, ਇੰਨੀ ਕਾਲੀ ਕਿਤੇ ਨੀ ਭੱਜੀ ਜਾਂਦੀ ਭਰਜਾਈ, ਉਹ ਸਾਡੀ ਵੋਟੀ ਬਣ ਗਈ ਹੈ ਤੇ ਸਾਡੇ ਨਾਲ ਹੀ ਰਹੂਗੀ ਹੀ। ਕੀ ਜੇ ਤੁਸੀਂ ਨੇਕ ਨਾ ਦਿੱਤਾ ਤਾਂ ਮੈਂ ਬੀਜੀ ਨੂੰ ਦੱਸ ਦੇਣਾ ਵੀਰੇ। ਚਲੋ ਚਲੋ ਹੁਣ ਨੇਕ ਦਵੋ। ਹੋ ਜਿਹੜੇ ਪੁੱਤ, ਸੋ ਮੁਲਤਾਨੀ ਮਿੱਟੀ, ਉਹ ਦੇ ਦੇ ਭੈਣ ਨੂੰ ਨੇਕ, ਵੋਟੀ ਆ ਗਈ ਤੇ ਭੈਣ ਪਰਾਈ ਹੋ ਗਈ। ਆ ਫੜ ਹੁਣ ਜਾ। ਥੈਂਕ ਯੂ ਵੀਰੇ, ਮੇਰਾ ਨੇਕ। ਮਾਮੀ ਐਵੇਂ ਤੇ ਨਹੀਂ ਚਲੀ ਜਾਏਗੀ। ਕੀ ਆਇਆ ਮਾਮੀ, ਕੀ ਡਰਾਮਾ ਹੈ, ਹੁਣ ਜਾਓ। ਚਲੋ ਨੀ, ਚਲੋ ਹੁਣ, ਬਹੁਤ ਮਸ਼ਕਰੀਆਂ ਹੋ ਗਈਆਂ, ਬੇਸ਼ਰਮਾ ਨਾ ਹੁੰਦਾ, ਚਲੋ ਹੁਣ। ਕੁਛ ਚਾਹੀਦਾ ਤੇ ਨਹੀਂ ਹੈ ਜੇਡੀ ਪੁੱਤ, ਕਹੀ ਤਾਂ ਮੈਂ ਭੇਜਦਾ ਕੁਛ। ਤੁਸੀਂ ਜਾਓ ਮਾਮੀ ਜੀ। ਪੰਜ ਜੀਆਂ ਦਾ ਪਰਿਵਾਰ ਆ ਸਾਡਾ, ਇੱਕ ਤੂੰ ਚਲੀ ਗਈ, ਫਿਰ ਵੀ ਚਾਰ ਜੀ ਅਸੀਂ ਰਹਿ ਰਹੇ ਇੱਥੇ ਇਕੱਠੇ ਇੱਕ ਦੂਜੇ ਨਾਲ, ਤੇਰੀ ਪਤਾ ਨਹੀਂ ਕਿਉਂ ਤੇਰੀ ਕਮੀ ਜੀ ਮਹਿਸੂਸ ਹੋ ਰਹੀ ਹੈ। ਪੁੱਤਰ ਤੇਰੇ ਬਿਨਾਂ ਮੇਰਾ ਦਿਲ ਨਹੀਂ ਲੱਗਦਾ। ਮੈਨੂੰ ਯਾਦ ਹੈ ਦੋ ਦਿਨਾਂ ਦੀ ਸੀ ਤੂੰ ਜਦੋਂ ਮੈਂ ਤੈਨੂੰ ਇਸ ਕਮਰੇ ਵਿੱਚ ਲੈ ਕੇ ਆਇਆ ਸੀ ਹਸਪਤਾਲ ਦੇ ਵਿੱਚੋਂ। ਨਿੱਕੀ ਜੀ ਸੀ ਤੂੰ ਜਦੋਂ ਰੋਂਦੀ ਸੀ ਤਾਂ ਇਉਂ ਲੱਗਦਾ ਸੀ ਜਿਵੇਂ ਕੋਈ ਪਰੀ ਗੀਤ ਗਾ ਰਹੀ ਹੋਵੇ। ਵੱਡੇ ਹੁੰਦਿਆਂ ਹੁੰਦਿਆਂ ਜਦੋਂ ਤੂੰ ਬੋਲਣਾ ਸ਼ੁਰੂ ਕੀਤਾ ਤਾਂ ਮਿੱਠੀ ਜਿਹੀ ਆਵਾਜ਼ ਨਾਲ ਮੈਨੂੰ ਪਾਪਾ ਪਾਪਾ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮੇਰੇ ਕੰਨਾਂ ਨੇ ਪਾਪਾ ਸ਼ਬਦ ਸੁਣਿਆ ਤਾਂ ਬੜਾ ਮਾਣ ਮਹਿਸੂਸ ਕੀਤਾ ਮੈਂ। ਭਾਵੇਂ ਮੇਰੇ ਕੋਲ ਧਨ ਦੌਲਤ ਨਹੀਂ ਸੀ,
ਜੀ 5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।